ਫਲੌਰ ਦੇ ਮਹੱਲਾ ਸੰਤੋਖਪੁਰ ਦਾ ਨੌਜਵਾਨ ਮੁਕੇਸ਼ ਕੁਮਾਰ ਜੋ 1 ਜਨਵਰੀ ਫਗਵਾੜਾ ਤੋਂ ਫਲੌਰ ਲਈ ਬੱਸੇ ਚੜ੍ਹਿਆ ਲਾਪਤਾ ਹੋਣ ਕਾਰਨ ਪਰਿਵਾਰ ਵੱਲੋਂ ਉਹਦੀ ਲਿਖਤੀ ਰਿਪੋਰਟ ਥਾਣਾ ਫਗਵਾੜਾ ਵਿਖੇ ਦਰਜ ਕਰ ਗਈ। ਪਰਿਵਾਰ ਵੱਲੋਂ ਕਾਫੀ ਭਾਲ ਕਰਨ ਦੇ ਬਾਵਜੂਦ ਨੌਜਵਾਨ ਮਿਲਿਆ। 4 ਜਨਵਰੀ ਤਕਰੀਬਨ ਰਾਤ 8 ਵਜੇ ਉਹਦੀ ਲਾਸ਼ ਰੇਲਵੇ ਟਰੈਕ ਫਲੌਰ ਦੇ ਕੋਲੋਂ ਮਿਲੀ, ਜਿਸ ਦੇ ਪਰਿਵਾਰ ਨੇ ਰੋਜ਼ਾ ਕਰਦਿਆਂ ਨੈਸ਼ਨਲ ਹਾਈਵੇ ਘੰਟੇ ਲਈ ਜਾਮ ਰੱਖਿਆ। ASP ਸੇਲਕਾ ਸੁਮੀਰ ਵੱਲੋਂ ਭਰੋਸਾ ਦਵਾਇਆ ਗਿਆ ਕਿ ਇਸੇ ਦੇ ਕਤਲ ਜਲਦੀ ਫੜੇ ਜਾਣਗੇ। ਕੈਮਰਾ ਸਿਗਨਲ ਡੈਂਪਲ ਦੀ ਫਲੌਰ ਤੋਂ ਵਿਸ਼ੇਸ਼ ਰਿਪੋਰਟ। बेसिकली सानू इत्थे रेलवे ट्रैक के नेड़े एक डेड बॉडी मिली, बाद बड़ी ड्रेडफुल कंडीशन सी। हुण असी बॉडी नू मूव कराया सिविल हॉस्पिटल, उहदा पोस्टमार्टम होना है और जो भी इसमें बनती कर रही है वो आप रमेश कुमार आ लड़के का की गल हुई आ ਇਹਨੂੰ ਪਹਿਲੀ ਤਰੀਕ ਦਾ ਕਿਡਨੈਪ ਕੀਤਾ ਸੀ ਫਗਵਾੜੇ ਅੱਡੇ ਤੋਂ ਕਿਸੇ ਨੇ। ਹਾਂਜੀ, ਉਹ ਫਗਵਾੜੇ ਬੱਸ ਸਟੈਂਡ ਤੋਂ ਕਿਡਨੈਪ ਕੀਤਾ ਸੀ। ਹਾਂਜੀ, ਉਹ ਜਿਹੜਾ ਮੁੰਡਾ ਇਹਨੂੰ ਬੱਸ ਸਟੈਂਡ ਛੱਡ ਕੇ ਗਿਆ ਉਹ ਅਸੀਂ ਉੱਥੇ ਪੇਸ਼ ਕਰਾਇਆ ਫਗਵਾੜੇ ਸਿਟੀ ਥਾਣੇ ਦੇ ਵਿੱਚ। ਹਾਂਜੀ, ਉਹਦੇ ਉੱਤੇ ਹਜੇ ਕਾਰਵਾਈ ਕੋਈ ਨਹੀਂ ਹੋਈ, ਉਹਨਾਂ ਨੇ ਉਹਦੇ ਉੱਤੇ ਉਹਦਾ ਬਿਠਾਇਆ, ਪਤਾ ਨਹੀਂ ਨਹੀਂ ਬਿਠਾਇਆ, ਸਾਨੂੰ ਨਹੀਂ ਪਤਾ। ਹਾਂਜੀ, ਉਹ ਉੱਥੇ ਪੇਸ਼ ਕਰਾਇਆ ਅਸੀਂ ਅੱਜ। ਹਾਂਜੀ, ਸਿਟੀ ਥਾਣੇ ਦੇ ਵਿੱਚ ਫਗਵਾੜੇ ਮੁੰਡੇ ਨੇ ਦੱਸਿਆ ਉਹ ਮੁੰਡਾ ਛੱਡ ਕੇ ਗਿਆ ਇਹਨੂੰ ਬੱਸ ਸਟੈਂਡ। ਹਾਂਜੀ, ਪਵਨ ਕੁਮਾਰ ਨਾਂ ਦਾ ਮੁੰਡਾ ਆ।